अज हुशियारपुर के फोकल पॉइंट च स्थित श्री साइंस स्टील फैक्ट्री च सवेरे करीब 10 बजे अग लग जाने की खबर सामने आई है। अग लगन की सूचना मिलते ही फायर ब्रिगेड दी 3 गड्डियां एक निजी कंपनी की फायर ब्रिगेड मौके पर पहुंच गई, जिन्हों वालों तुरंत कार्रवाई करद हो कड़ी मुशक्कत बाद अग ते काबू पाया गया। इस संबंधी जानकारी देंद श्री साइंस स्टील फैक्ट्री के मालक अतुल गुप्ता के चचेरे भरा ईश गुप्ता ने दसिया कि फैक्ट्री च अग लगन का कारण शार्ट सर्कट तो ही मनिया जा रहा है। उन्होंने दसिया कि अग दौरान किसी भी तरह के जानी नुकसान होने तो बचा रहा है, परंतु फैक्ट्री च पे समान अग लगन कारण उन्होंने नुकसान जरूर होया है। उन्होंने दसिया कि फायर ब्रिगेड वालों तुरंत मौके पर पहुंच के अग ते काबू पा लिया गया है। घटना की सूचना मिलते ही थाना मॉडल टाउन के SHO करनैल सिंह भी पुलिस पार्टी समेत मौके पर पहुंच गए। हुशियारपुर न्यूज़ के नाल चेतन कश्यप अते नवनीत सिंह चीमा की रिपोर्ट। ਬੁਝੂ ਵੀ ਪਤਾ ਲੱਗਣਾ।
ਸ਼੍ਰੀ ਸਾਇੰਸ ਸਟੀਲ ਇੰਡਸਟਰੀ ਦੇਖੋ ਜੀ ਨੁਕਸਾਨ ਵਗੈਰਾ ਕਿੰਨਾ ਕੁ ਹੋਇਆ ਤਾਂ ਕਾਫੀ ਹੋ ਗਿਆ ਪਰ ਦੇਖਦੇ ਹਾਂ ਹੁਣ ਐਸਟੀਮੇਟ ਲਾਵਾਂਗੇ ਜੀ ਕੀ ਬੰਦ ਹੈ ਕਿੰਨਾ ਨੁਕਸਾਨ ਹੋਇਆ ਅੱਗ ਤੇ ਕਾਫੀ ਪੈ ਗਿਆ ਜੀ ਹਾਂਜੀ ਅੱਗ ਤੇ ਕਾਫੀ ਪੈ ਗਿਆ ਫਾਇਰ ਬ੍ਰਿਗੇਡ ਵਾਲੇ ਆ ਗਏ ਤੁਸੀਂ ਜਾ ਕੇ ਸਪੇਸ ਕਰ ਦਿੱਤਾ ਅੱਗ ਬੁਝਾਓ ਜਾਂਦੇ ਭਾਈ ਜਿਹੜੇ ਰੱਖੋ ਮੌਕੇ ਤੇ ਜਿਹੜੇ ਬਾਹਰ ਆਪਾਂ ਦੇਖੇ ਪਏ ਉਹ ਚੱਲੇ ਮੌਕੇ ਤੇ ਚੱਲੇ ਚੱਲੇ ਆ ਜੀ ਪਰ ਜ਼ਿਆਦਾ ਅੱਗ 'ਚ ਕੰਮ ਨਹੀਂ ਨਾ ਕਰਦੇ ਜੇਕਰ ਅੱਗ ਇਕਦਮ ਪੈਕਿੰਗ ਮਟੀਰੀਅਲ ਸੀ ਗੱਤਾ ਸੀਗਾ ਇਕਦਮ ਫੈਲ ਗਈ ਜਾਂ ਆਪਣਾ ਮਤਲਬ ਕੋਸ਼ਿਸ਼ ਤਾਂ ਕੀਤੀ ਪਹਿਲਾਂ ਕਰਨ ਦੀ ਪਰ ਨਾ ਗੱਲ ਬਣੀ ਨਹੀਂ ਫਾਇਰ ਬ੍ਰਿਗੇਡ ਹੁਸ਼ਿਆਰਪੁਰ ਤੋਂ ਆਏ ਨੇ ਪਵਨ ਕੁਮਾਰ ਸੈਣੀ ਮੇਰਾ ਨਾਮ ਹੈ ਜੀ ਇਹ ਕਿੰਨੇ ਵਜੇ ਤੁਹਾਨੂੰ ਸੂਚਨਾ ਮਿਲੀ ਸੀ ਇਹ ਕੋਈ 10:35 ਦੇ ਕਰੀਬ ਕਰੀ ਸਾਨੂੰ ਸੂਚਨਾ ਮਿਲੀ ਸੀਗੀ ਕਿ ਇੱਥੇ ਗੱਤੇ ਦੀ ਅੱਗ ਲੱਗੀ ਹੈ ਫੋਕਲ ਪੁਆਇੰਟ ਕੁੱਕਰ ਫੈਕਟਰੀ ਦੀ ਬੈਕ ਸਾਈਡ ਤੇ ਬਟ ਜਦੋਂ ਇੱਥੇ ਆ ਕੇ ਦੇਖਿਆ ਤੇ ਸਟੀਲ ਦੇ ਕੁਝ ਬਰਤਨ ਬਣਾਉਂਦੇ ਨੇ ਜਿਹੜੇ ਤੇ ਭਾਂਡੇ ਭੁੰਡੇ ਧੋਣ ਵਾਲੇ ਬਰਤਨ ਆ ਤੇ ਉਹਦੇ ਵਿੱਚ ਪੈਕਿੰਗ ਹੋਣ ਕਰਕੇ ਥੋੜੀ ਜਿਹੀ ਜ਼ਿਆਦਾ ਐਗਜ਼ੈਗਰੇਟ ਹੋ ਗਈ ਅੱਗ ਅਦਰਵਾਈਜ਼ ਇੱਦਾਂ ਕੋਈ ਡੀਮੇਜਰ ਜਾਨ ਮਾਲ ਦਾ ਕੋਈ ਨੁਕਸਾਨ ਨਹੀਂ ਹੈਗਾ ਥੋੜਾ ਬਹੁਤਾ ਜੋ ਸਮਾਨ ਦਾ ਨੁਕਸਾਨ ਹੈਗਾ ਉਹ ਹੈਗੀ ਹੈ ਕਿੰਨੀਆਂ ਗੱਡੀਆਂ ਲੱਗੀਆਂ ਇਹ ਤਕਰੀਬਨ ਸਾਡੀਆਂ ਹੁਸ਼ਿਆਰਪੁਰ ਫਾਇਰ ਬ੍ਰਿਗੇਡ ਦੀਆਂ 3 ਗੱਡੀਆਂ ਨੇ ਤੇ ਇੱਕ ਹੈਲਪ ਲਈ ਸਾਡੀ ਵਰਧਮਾਨ ਆਈ ਸੀਗੀ ਉਹਨਾਂ ਨੇ ਸਾਡੀ ਹੈਲਪ ਕੀਤੀ ਨੇ 34 ਗੱਡੀ ਉਹਨਾਂ ਦੀ ਲੱਗੀ ਹੈ ਅੱਗ ਤੇ ਕਾਬੂ ਪਾ ਲਿਆ ਗਿਆ ਅੱਗ ਤੇ ਬਿਲਕੁਲ ਕਾਬੂ ਪਾ ਲਿਆ ਗਿਆ ਹੈ ਸਮਾਨ ਕੱਢ ਰਹੇ ਨੇ ਸਾਡੇ ਬੰਦੇ ਇੱਥੇ ਜਿਹੜੇ ਨੇ ਤਸੱਲੀ ਕਰਾ ਕੇ ਕੰਮ ਜਾਇਆ ਜਾਏਗਾ ਇੱਥੋਂ ਦੀ ਅੱਜ ਇੱਕ ਮੈਸੇਜ ਆਇਆ ਸੀਗਾ ਕਿ ਫੋਕਲ ਪੁਆਇੰਟ ਪੁਰ ਹੀਰਾਂ ਦੇ ਵਿੱਚ ਇੱਕ ਫੈਕਟਰੀ ਦੇ ਵਿੱਚ ਅੱਗ ਲੱਗੀ ਹੈ ਤੇ ਜਿਸ ਤੇ ਮੈਂ ਵੀ ਆਪਣੀ ਟੀਮ ਦੇ ਨਾਲ ਮੌਕੇ ਤੇ ਆਇਆ ਸੀ ਤੇ ਜਿੱਥੇ ਫਾਇਰ ਬ੍ਰਿਗੇਡ ਵੀ ਬੁਲਾਈ ਗਈ ਸੀ ਮੌਕੇ ਤੇ ਆ ਕੇ ਤੇ ਅੱਗ ਤੇ ਜਿਹੜਾ ਕੰਟਰੋਲ ਕਰ ਲਿਆ ਗਿਆ ਬੁਝਾ ਦਿੱਤੀ ਗਈ ਹੈ ਕੋਈ ਵੀ ਜਿਹੜਾ ਹੈਗਾ ਆ ਜਾਨੀ ਨੁਕਸਾਨ ਨਹੀਂ ਹੋਇਆ ਤੇ ਜਿਹੜਾ ਇੱਥੇ ਜਿਹੜੇ ਹੈਗੇ ਆ ਸਟੇਨਲੈਸ ਸਟੀਲ ਦੇ ਬਣਦੇ ਆ ਸਿੰਕ ਜਿਹੜੇ ਹੈਗੇ ਕਿਚਨ ਦੇ ਵਿੱਚ ਲੱਗਦੇ ਆ ਉਹ ਫੈਕਟਰੀ ਹੈਗੀ ਹੈ ਇਹ ਤੇ ਉਹਦੇ ਇੱਕ ਜਿਹੜਾ ਪੈਕਿੰਗ ਯੂਨਿਟਸ ਆ ਉਹਦੇ ਵਿੱਚ ਅੱਗ ਲੱਗੀ ਹੋਈ ਸੀਗੀ ਤੇ ਉੱਥੇ ਕੰਟਰੋਲ ਕਰ ਲਿਆ ਬਾਕੀ ਜੋ ਨੁਕਸਾਨ ਆ ਉਹਦੇ ਬਾਰੇ ਇਹਦਾ ਪਤਾ ਕਰਕੇ ਕੀ ਹੋਇਆ ਹੈਗਾ ਉਹ ਚੈੱਕ ਕਰ ਲੈਂਦੇ ਹਾਂ ਅਤੇ ਅੱਗ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਇਹ ਫੈਕਟਰੀ ਸਟੇਨਲੈਸ ਸਟੀਲ ਦੇ ਆ ਤੁਹਾਨੂੰ ਜਿਵੇਂ ਦੱਸਿਆ ਜੀ ਬਣਦੇ ਸੀ ਸਿੰਕ ਜਿਹੜੇ ਬਣਦੇ ਆ ਕੋਈ ਅਤੁਲ ਗੁਪਤਾ ਨਾਂ ਦੇ ਇਹਨਾਂ ਦੇ ਮਾਲਕ ਹੈਗੇ ਆ ਬਾਕੀ ਉਹਨਾਂ ਟਾਈਪ ਕਰਦੇ ਆ ਜੀ ਕੋਈ ਨੁਕਸਾਨ ਵਗੈਰਾ ਦਾ ਪਤਾ ਲੱਗਿਆ ਨੁਕਸਾਨ ਦੀ ਹੁਣ ਅਮਾਊਂਟ ਕਿੰਨੀ ਆ ਥੋੜ੍ਹਾ ਬਹੁਤਾ ਤਾਂ ਪੈਕਿੰਗ ਯੂਨਿਟ ਦੇ ਵਿੱਚ ਹੀ ਹੋਇਆ ਜੀ ਇਹਨਾਂ ਦਾ ਜਿੰਨਾ ਵੀ ਹੋਇਆ ਬਾਕੀ ਅਸੈਸ ਕਰਦੇ ਹਾਂ ਕਿੰਨਾ ਨੁਕਸਾਨ ਉਹਦਾ ਬਚਾਅ ਹੋ ਗਿਆ ਜੀ ਜਾਨੀ